ਅੱਧਾ ਘੰਟਾ ਲੈ ਗਿਆ। ਹਾਂਜੀ ਹਾਂਜੀ, ਦੁਕਾਨਾਂ ਸਾਰੀਆਂ ਲੋਕ ਵਧਾ ਦੇਣਗੇ। ਅੱਧਾ ਘੰਟਾ ਲੈ ਗਿਆ। ਹਾਂਜੀ ਹਾਂਜੀ, ਦੁਕਾਨਾਂ ਸਾਰੀਆਂ ਲੋਕ ਵਧਾ ਦੇਣਗੇ। ਅੱਧਾ ਘੰਟਾ ਲੈ ਗਿਆ। ਹਾਂਜੀ ਹਾਂਜੀ, ਦੁਕਾਨਾਂ ਸਾਰੀਆਂ ਲੋਕ ਵਧਾ ਦੇਣਗੇ। ਅੱਧਾ ਘੰਟਾ ਲੈ ਗਿਆ। ਹਾਂਜੀ ਹਾਂਜੀ, ਦੁਕਾਨਾਂ ਸਾਰੀਆਂ ਲੋਕ ਵਧਾ ਦੇਣਗੇ। ਕਾਕਾ ਤੂੰ ਮੇਰਾ ਅੱਧਾ ਘੰਟਾ ਲੈ ਲਿਆ। ਹਾਲਾਂਕਿ ਗੱਲਬਾਤ ਦੀ ਵੀਡੀਓ ਸਿਰਫ 1 ਮਿੰਟ ਦੀ ਹੀ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਪਰ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਜਾਗਰੂਕ ਵੋਟਰ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇਣਾ ਇੰਨਾ ਭਾਰੀ ਲੱਗਿਆ ਕਿ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਬਠਿੰਡਾ ਵਿੱਚ ਬੀਤੇ ਦਿਨੀ ਉਸ ਸਮੇਂ ਹਾਲਾਤ ਅਸਹਿਜ ਹੋ ਗਏ ਜਦੋਂ ਇੱਕ ਜਾਗਰੂਕ ਵੋਟਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਿੱਧਾ ਪੁੱਛ ਲਿਆ ਕਿ ਤੁਹਾਡੀ ਸਰਕਾਰ ਨੇ ਤਾਂ ਸਾਨੂੰ ਰੋਜ਼ਗਾਰ ਦਿੱਤਾ ਹੀ ਨਹੀਂ ਅਤੇ ਨਾ ਹੀ ਸਾਨੂੰ ਕੋਈ ਬੇਰੁਜ਼ਗਾਰੀ ਭੱਤਾ ਮਿਲਿਆ ਹੈ। ਨੌਜਵਾਨ ਨੇ ਰਾਜਾ ਵੜਿੰਗ ਨੂੰ ਕਾਂਗਰਸ ਵੱਲੋਂ ਘਰ ਘਰ ਨੌਕਰੀ ਮੁਹਿੰਮ 'ਤੇ ਸਵਾਲ ਕੀਤਾ ਤਾਂ ਵੜਿੰਗ ਨੇ ਕਿਹਾ ਕਿ ਅਸੀਂ 5.5 ਲੱਖ ਰੁਜ਼ਗਾਰ ਦਿੱਤਾ ਹੈ। ਇਸ 'ਤੇ ਨੌਜਵਾਨ ਨੇ ਕਿਹਾ ਕਿ ਤੁਸੀਂ ਗਲਤ ਹੋ, ਸਾਨੂੰ ਨੌਕਰੀ ਨਹੀਂ ਮਿਲੀ, ਸਾਨੂੰ ਤਾਂ ਦਿਹਾੜੀ 'ਤੇ ਜਾਣਾ ਪੈਂਦਾ ਹੈ ਅਤੇ ਨਾ ਹੀ ਸਾਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਹੈ। ਆਖਿਰ ਜਦੋਂ ਨੌਜਵਾਨ ਦੇ ਸਵਾਲਾਂ ਦਾ ਰਾਜਾ ਵੜਿੰਗ ਕੋਲ ਕੋਈ ਜਵਾਬ ਨਹੀਂ ਹੋਇਆ ਤਾਂ ਉਹਨਾਂ ਨੇ ਨੌਜਵਾਨ ਤੋਂ ਆਪਣਾ ਖਹਿੜਾ ਛੁਡਾਉਣ ਲਈ ਕਿਹਾ ਕਿ ਪੂਰੇ ਬਾਜ਼ਾਰ ਨੇ ਬੰਦ ਹੋ ਜਾਣਾ ਹੈ ਅਤੇ ਲੋਕ ਦੁਕਾਨ ਬੰਦ ਕਰ ਦੇਣਗੇ। ਤੂੰ ਮੇਰਾ ਅੱਧਾ ਘੰਟਾ ਲੈ ਲਿਆ ਹੈ, ਇੱਦਾਂ ਕਰ, ਮੇਰੀ ਗੱਡੀ ਵਿੱਚ ਬਹਿ ਜਾ, ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਦੇਵਾਂਗਾ। ਅਤੇ ਫਿਰ ਰਾਜਾ ਵੜਿੰਗ ਉੱਥੋਂ ਨਿਕਲ ਗਏ। 4 ਲੱਖ ਦਾ ਟੋਟਲ ਮੁਲਾਜ਼ਮ ਨੇ ਪੂਰੇ ਪੰਜਾਬ 'ਚ, ਕੋਈ ਦੁਨੀਆ 'ਚ ਬਾਬਾ ਨਾਨਕ ਵੀ ਕਵਣ ਤਾਂ ਵੀ ਨਹੀਂ ਲੱਗ ਸਕਦੇ ਤਨਖਾਹ ਦੇਣ ਨੂੰ। ਨੌਕਰੀ ਸਰ, ਮੈਂ ਉਹੀ ਕਹਿ ਰਿਹਾ, ਨੌਕਰੀ ਵੱਲੋਂ ਰੋਜ਼ਗਾਰ, 5.5 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ, ਨਹੀਂ ਮਿਲਿਆ ਸਰ, ਨਹੀਂ ਮਿਲਿਆ ਜੀ, ਅਸੀਂ ਬੇਰੁਜ਼ਗਾਰ ਹਾਂ ਜੀ, ਸਾਨੂੰ ਦਿਹਾੜੀ ਨਹੀਂ ਮਿਲਦੀ, ਕਦੀ ਮਿਲਦੀ ਹੈ ਕਦੀ ਨਹੀਂ ਮਿਲਦੀ ਜੀ। ਤੁਸੀਂ ਕਹਿੰਦੇ ਸੀ ਸਰ ਵੀ ਬੇਰੁਜ਼ਗਾਰ ਨੂੰ ਤੁਸੀਂ 2500 ਰੁਪਏ ਪੈਨਸ਼ਨ ਦੇਵਾਂਗੇ, ਪੈਨਸ਼ਨ ਵੀ ਨਹੀਂ ਮਿਲਦੀ ਸਾਨੂੰ ਜੀ। ਨੌਜਵਾਨ ਅਸੀਂ ਬੇਰੁਜ਼ਗਾਰ, ਸਾਨੂੰ ਰੁਜ਼ਗਾਰ ਚਾਹੀਦਾ ਜੀ। ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਅਤੇ ਲੋਕਤੰਤਰ ਵਿੱਚ ਲੋਕਾਂ ਦਾ ਇਹ ਅਧਿਕਾਰ ਹੈ ਕਿ ਉਹ ਸਰਕਾਰ ਦੇ ਨੁਮਾਇੰਦਿਆਂ ਤੋਂ ਸਵਾਲ ਪੁੱਛ ਸਕਦੇ ਹਨ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਇਹਨਾਂ ਨੇਤਾਵਾਂ ਨੂੰ ਦੇਣੇ ਪੈਣਗੇ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹਨ ਤਾਂ ਜੋ ਇਹ ਲੋਕ ਸੱਤਾ 'ਤੇ ਬੈਠ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ। ਪਰ ਜੇਕਰ ਇਸ ਤਰ੍ਹਾਂ ਨੇਤਾ ਆਮ ਲੋਕਾਂ ਦੇ ਸਵਾਲਾਂ ਤੋਂ ਭੱਜਣਗੇ ਤਾਂ ਲੋਕ ਕਿਸ ਤੋਂ ਜਵਾਬ ਮੰਗਣਗੇ। ਅੱਧਾ ਘੰਟਾ ਲੈ ਗਿਆ। ਹਾਂਜੀ ਹਾਂਜੀ, ਦੁਕਾਨਾਂ ਸਾਰੀਆਂ ਲੋਕ ਵਧਾ ਦੇਣਗੇ।